अज मोहाली दे गुरद्वारा अंब साहब फेस 8 विखे सद्भावना दिवस श्रोमणी अकाली दल वालों मनाया जा रहा है। यह सद्भावना दिवस सरदार प्रकाश सिंह जी बादल साबका मुख्यमंत्री दे जन्मदिन दे मौके दे उत्ते खूनदान कैंप लगा के मनाया जा रहा है। इस बारे जानकारी दिंदे हुए मोहाली तो श्रोमणी अकाली दल दे नेता परविंदर सिंह सुहाणा। बिल्कुल जी, मनुखता दे भले दे लई क्योंकि मरहूम सरदार प्रकाश सिंह जी बादल दा जीवन जिहड़ा ओह हमेशा ही लोक सेवा नूं समर्पित रहा और साडी पार्टी श्रोमणी अकाली दल ने फैसला किया कि जिहड़ा मनुखता दी सेवा दे लई कम है उहनां दे जन्मदिन ते कीता जावे और खूनदान कैंप दा आयोजन अज पंजाब दे 117 विधान सभा हलकियां च कीता जा रहा और उस दे तहत अज साहिबजादा अजीत सिंह नगर मोहाली दे विच इह खूनदान कैंप लगाया गया और तुहाडे सामणे ही है नौजवान वड्डी गिणती च मुलाजम वड्डी गिणती च अज खूनदान करन दे लई अपने महबूब नेता नूं श्रद्धा ते सत्कार भेंट करन दे लई इकत्र होए। ਕਿਵੇਂ ਤੁਸੀਂ ਦੇਖ ਰਹੇ ਹੋ ਕਿਉਂਕਿ ਬੜਾ ਲੰਬਾ ਟਾਈਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਿਹੜਾ ਪੰਜਾਬ ਨੂੰ ਦਿੱਤਾ ਆ, ਬਹੁਤ ਸਾਰੇ ਡਿਵੈਲਪਮੈਂਟ ਹੁੰਦੀ ਆ, ਬਹੁਤ ਸਾਰਾ ਵਿਕਾਸ ਹੁੰਦਾ ਹੈ। ਦੇਖੋ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਕੋਈ ਵੀ ਪਿਛਲੀਆਂ ਦੋ ਸਰਕਾਰਾਂ ਹੁਣ ਆ ਨਿਕਲਦੀਆਂ ਉਹਨਾਂ ਤੋਂ ਬਾਅਦ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਵਿਕਾਸ ਨਹੀਂ ਕੀਤਾ। ਇੱਕ ਇਹ ਲਾਓ ਵੀ ਤੁਸੀਂ ਜੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਨੌਜਵਾਨਾਂ ਦੇ ਲਈ ਵੱਡੇ ਵੱਡੇ ਸਟੇਡੀਅਮ ਤੋਂ ਇਲਾਵਾ ਵੱਡੇ ਇੰਸਟੀਚਿਊਟ ਜਿਸ ਤਰ੍ਹਾਂ ਸਾਡੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ 'ਚ ਲਾ ਲਓ ਤੁਸੀਂ, ਨਾਈਪਰ, ਆਈਸਰ, ਉਹ ਤੋਂ ਬਾਅਦ ਮਾਈ ਭਾਗੋ ਇੰਸਟੀਚਿਊਟ, ਮਹਾਰਾਜਾ ਰਣਜੀਤ ਸਿੰਘ ਅਕੈਡਮੀ ਕਹਿਣ ਤੋਂ ਭਾਵ ਉਹ ਤੋਂ ਇਲਾਵਾ ਇਨਡੋਰ ਸਟੇਡੀਅਮ ਖੇਡਾਂ ਵੱਲ ਵੀ ਔਰ ਪੜ੍ਹਾਈ ਵੱਲ ਵੀ ਅਤੇ ਇੰਡੀਅਨ ਸਕੂਲ ਆਫ ਬਿਜ਼ਨਸ ਕੇ ਸਾਡੇ ਬੱਚੇ ਪੰਜਾਬ ਦੇ ਵਰਲਡ ਦੇ ਵਿੱਚ ਜਾ ਕੇ ਇੱਕ ਧਾਕ ਪਾਉਣ ਕਿ ਪੰਜਾਬ ਦੇ ਬੱਚੇ ਅੱਜ ਪੜ੍ਹ ਲਿਖ ਕੇ ਅੱਜ ਇੰਟਰਨੈਸ਼ਨਲ ਲੈਵਲ 'ਤੇ ਜੋਬਾਂ ਕਰ ਰਹੇ ਹੈ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਦੇਣ ਹੈ। ਅਤੇ ਉਹਨਾਂ ਨੇ ਹਰੇਕ ਖਿੱਤੇ ਨੂੰ, ਮੁਲਾਜ਼ਮਾਂ ਦੀ ਗੱਲ ਕਰੀਏ ਉਹਨਾਂ ਦਾ ਪਹਿਲ ਦੇ ਆਧਾਰ 'ਤੇ ਕੰਮ ਕੀਤਾ, ਗਰੀਬ ਦੀ ਆਵਾਜ਼ ਬਣ ਕੇ ਬਾਦਲ ਸਾਹਿਬ, ਕਿਸਾਨ ਦੀ ਆਵਾਜ਼ ਬਣ ਕੇ ਬਾਦਲ ਸਾਹਿਬ ਹਮੇਸ਼ਾ ਹੀ ਇਸ ਗੱਲ ਦੇ ਹਾਮੀ ਰਹੇ ਹਾਂ ਔਰ ਪੰਜਾਬ ਉਹਨਾਂ ਨੂੰ ਯਾਦ ਕਰਦਾ ਰਹੇਗਾ।